ਗਿਆ, ਐਂਈ ਇਹਨਾਂ ਨੇ ਮੂਸੇਵਾਲ ਨਾਲ ਕੀਤਾ, ਅੱਜ ਤੱਕ ਤੜਫਦੇ ਆ ਕਿ ਨਹੀਂ। ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰ ਰਹੀ ਆ ਵੀ ਕਿਸੇ ਤਰੀਕੇ ਨਾਲ ਘਰੋਂ ਬਾਹਰ ਕੱਢੋ, ਨਿਹੱਦੇ ਕਰੋ ਅਤੇ ਕੋਈ ਵੀ ਜਿਹੜਾ ਉਹ ਕੰਮ ਕਰਵਾ ਦਿਉ। ਇਹਦੀ ਜ਼ਿੰਮੇਵਾਰੀ ਅੱਗੇ ਇਹ ਕੰਮ ਕਰਵਾਉਂਦੇ ਸੀਗੇ ਗੈਂਗਸਟਰਾਂ ਤੋਂ, ਖਾਲਿਸਤਾਨੀਆਂ ਤੋਂ, ਅੱਤਵਾਦੀਆਂ ਤੋਂ। ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ, ਜ਼ਿੰਮੇਵਾਰੀ ਪੰਜਾਬ ਦੇ ਡੀ ਜੀ ਪੀ, ਪੰਜਾਬ ਦੇ ਚੀਫ ਸੈਕਟਰੀ ਅਤੇ ਪੰਜਾਬ ਦੇ ਜਿਹੜੇ ਸੋ ਕਾਲਡ ਜਿਹੜੇ ਮਲੰਗਾਂ ਦੀ ਸਰਕਾਰ ਆ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ। ਪਰ ਗੱਲ ਇਹ ਆ ਵੀ ਇਹਦੇ ਪਿੱਛੇ ਕਾਰਸ਼ਦਾਨੀ ਕੀ ਆ? ਪਹਿਲਾਂ ਨੋਮੀਨੇਸ਼ਨ ਕਾਗਜ਼ ਰੱਦ ਕਰਨ ਦੀ ਵੀ 2 ਕਰੋੜ ਰੁਪਈਆ ਸਭਾ ਉਹ ਪਾ ਦਿਉ, ਉਦੋਂ ਬਾਅਦ 2 ਕਰੋੜ ਰੁਪਈਆ ਜਦੋਂ ਦੇ ਤਾ ਉਦੋਂ ਬਾਅਦ ਹੋਰ ਕੰਮ ਮਨਸ਼ਾ ਵੱਧ ਗਈ। ਇਹ ਇਸ ਵੇਲੇ ਮੇਰਾ ਮਾਰਨ ਨੂੰ ਸ਼ਿਕਾਰ ਕਰਨ ਨੂੰ ਮਨਸੂਬੇ ਬਣਾ ਰਹੇ ਨੇ, ਜਿਹੜੇ ਕਿ ਨਾ ਮੈਂ ਡਰਦਾ ਵੀ ਇਹ ਕਿਤੇ ਥੱਲੇ ਲੱਗ ਜੇ ਸਾਡੇ ਕਿਸੇ ਤਰੀਕੇ ਨਾਲ, ਇਹ ਸੀਟ ਜਿੱਤ ਰਹੀ ਆ ਬੀਜੇਪੀ ਦੀ ਕਿਵੇਂ ਕਰੀਏ ਕਾਂਗਰਸ ਅਤੇ ਆਮ ਆਦਮੀ ਇਕੱਠੇ ਹੋ ਕੇ। ਨਹੀਂ, ਇਹਨਾਂ ਦੀ ਹਿੰਮਤ ਨਹੀਂ ਸੀ ਜਦੋਂ ਯਾਰ ਅਸੀਂ ਪਹਿਲਾਂ ਇਲੈਕਸ਼ਨਾਂ ਇਕੱਠੇ ਲੜ ਰਹੇ, ਇੱਥੇ ਮਹੇਸ਼ਿੰਦਰ ਗਰੇਵਾਲ ਸਾਹਿਬ ਨਾਲ ਲੜੀ, ਬੈਂਸ ਸਾਹਿਬ ਲੜਦੇ ਸੀ, ਆਲੀ ਸਾਹਿਬ ਲੜਦੇ ਸੀ, ਅਸੀਂ ਐਨ ਪਿਆਰ ਸੀ, ਅੱਗੇ ਇਹ ਕੰਮ ਕਰਵਾਉਂਦੇ ਸੀਗੇ ਗੈਂਗਸਟਰਾਂ ਤੋਂ, ਖਾਲਿਸਤਾਨੀਆਂ ਤੋਂ, ਅੱਤਵਾਦੀਆਂ ਤੋਂ। ਹੁਣ ਜਿਹੜਾ ਇਹ ਬਦਲਾਅ ਇਹ ਆਇਆ ਵੀ ਇਹ ਆਪ ਆਪਣੀ ਜ਼ਿੰਮੇਵਾਰੀ ਲੈ ਲਈ, ਨਹੀਂ ਅੱਗੇ ਬੰਦਾ ਜਿਹੜਾ ਐਡਾ ਥਰੈਟ ਪਰਸੈਪਸ਼ਨ ਜਾਂ ਐਡਾ ਬੜਾ ਉਹਦੇ ਖਤਰੇ ਹੁੰਦੇ ਆ ਉਹਨੂੰ ਸਰਕਾਰਾਂ ਆਪ ਉਹਨੂੰ ਬਚਾਉਂਦੀਆਂ ਸੀ, ਇਹ ਪਹਿਲੀ ਵਾਰ ਹੋ ਗਿਆ। ਐਂਈ ਇਹਨਾਂ ਨੇ ਮੂਸੇਵਾਲ ਨਾਲ ਕੀਤਾ, ਅੱਜ ਤੱਕ ਤੜਫਦੇ ਆ ਕਿ ਨਹੀਂ? ਉਹੀ ਸੇਮ ਡਿਜ਼ਾਈਨ ਇਹਨਾਂ ਦੀ ਸਰਕਾਰ ਆ ਉਹ ਇੱਥੇ ਕਰ ਰਹੀ ਆ ਵੀ ਕਿਸੇ ਤਰੀਕੇ ਨਾਲ ਘਰੋਂ ਬਾਹਰ ਕੱਢੋ, ਨਿਹੱਤੇ ਕਰੋ ਅਤੇ ਕੋਈ ਵੀ ਜਿਹੜਾ ਉਹ ਕੰਮ ਕਰਵਾ ਦਿਉ। ਇਹਦੀ ਜ਼ਿੰਮੇਵਾਰੀ ਪੰਜਾਬ ਦੇ ਡੀ ਜੀ ਪੀ, ਪੰਜਾਬ ਦੇ ਚੀਫ ਸੈਕਟਰੀ ਅਤੇ ਪੰਜਾਬ ਦੇ ਜਿਹੜੇ ਸੋ ਕਾਲਡ ਜਿਹੜੇ ਮਲੰਗਾਂ ਦੀ ਸਰਕਾਰ ਆ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਜੇ ਕੋਈ ਵੀ ਮੇਰੇ ਅਤੇ ਮੇਰੇ ਪਰਿਵਾਰ ਨਾਲ ਕੋਈ ਵੀ ਐਸੀ ਗੱਲ ਹੁੰਦੀ ਆ। ਪਰ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਬਾਹਰ ਵਾਲਿਆਂ ਨੂੰ ਬਿਰ ਭਜਾ ਦਿਓ ਬਈ, ਜਿਹੜੀ ਘਰ ਸੀ ਜਿਹੜਾ ਉਹ ਮੈਨੂੰ ਥੋੜ੍ਹੀ ਮਿਲਿਆ ਸੀ, ਉਹ ਤਾਂ ਸਿਕਿਉਰਿਟੀ ਨੂੰ ਹੀ ਮਿਲਿਆ ਹੋਇਆ ਸੀ, ਉਹਦੇ ਵਿੱਚ ਮੈਂ ਇਕੱਲਾ ਰਹਿੰਦਾ ਸੀ ਅਤੇ ਨਾਲ 100 ਬੰਦਾ ਮੇਰਾ ਰਹਿੰਦਾ ਸੀ, ਉਹ ਕਿਵੇਂ ਇਹ ਕਹਿੰਦੇ ਆ ਲੀਗਲ ਇਲੀਗਲ? ਬਈ ਜਿਹੜੇ ਵੀ ਬੰਦੇ ਉੱਥੇ ਡਿਊਟੀ ਕਰਦੇ ਸੀ, ਚੜ੍ਹਦੇ ਸੀ ਉਸ ਕੋਠੀ 'ਤੇ, ਨਾ ਤਾਂ ਉਹਨਾਂ ਨੂੰ ਸੌਵਾਂ ਨੂੰ ਤਨਖਾਹਾਂ ਮਿਲ ਰਹੀਆਂ ਸੀ, ਉਹ ਗੈਰ ਕਾਨੂੰਨੀ ਡਿਊਟੀ ਕਰ ਰਹੇ ਸੀ ਫਿਰ ਸਾਰੇ। ਮਤਲਬ ਕਹਿਣ ਦਾ ਮੈਂ ਇੱਥੋਂ 19 ਦੀ ਇਲੈਕਸ਼ਨ ਲੜੀ, ਮੈਂ ਇੱਥੋਂ 17 ਦੀ ਇਲੈਕਸ਼ਨ ਲੜੀ, ਮੈਨੂੰ ਕਦੇ ਕੋਈ ਇਹਨਾਂ ਨੇ ਨੋਟਿਸ ਨਹੀਂ। ਤੁਸੀਂ ਇਹ ਦੱਸੋ ਇਹ ਕੰਮ 1 ਮਹੀਨਾ ਪਹਿਲਾਂ ਕਰ ਸਕਦੇ ਸੀ, 6 ਮਹੀਨੇ ਪਹਿਲਾਂ ਕਰ ਸਕਦੇ, ਸਰਕਾਰ ਬਣੀ ਇਹਨਾਂ ਨੂੰ ਵੀ 2 ਸਾਲ ਹੋ ਗਏ, ਨੋਮੀਨੇਸ਼ਨ ਤੋਂ 1 ਦਿਨ ਪਹਿਲਾਂ ਕਿਉਂ ਕੀਤਾ ਇਹ ਕੰਮ? ਨੋਟਿਸ ਕੋਈ ਆਇਆ ਹੀ ਨਹੀਂ, ਉਹ ਬਈ ਰਾਤ ਨੂੰ 12:15 ਮੈਂ ਤੈਨੂੰ ਕਹਿ ਰਿਹਾ ਨਾ, 12:15 ਫੋਨ ਤੇ ਜਿਹੜਾ ਵਟਸਐਪ ਤੇ ਉਹ ਭੇਜਿਆ ਹੈ ਕਮਿਸ਼ਨਰ ਨੇ। ਸਰ ਹੁਣ ਕੋਠੀ ਵਾਪਸ ਨਹੀਂ ਜਾਊਂਗੇ? ਨਹੀਂ, ਕੋਠੀ ਤਾਂ ਵਾਪਸ ਜਾਣ ਦਾ ਕੀ ਮਤਲਬ ਆ? ਕੋਠੀ ਤਾਂ ਅਗਲਿਆਂ ਨੇ ਕਿਹਾ ਵੀ ਜੇ ਮੈਂ 1 ਪੈਰ ਵੀ ਵਿੱਚ ਰੱਖੂਗਾ ਤਾਂ ਤੇਰੇ ਕਾਗਜ਼ ਨੋਮੀਨੇਸ਼ਨ ਉਹ ਕੈਂਸਲ ਕਰਾਂਗੇ। ਬਿੱਟੂ ਜੀ, ਜਿੱਦਾਂ ਦੇਖਿਆ ਸਿੱਧੂ ਮੂਸੇਵਾਲ ਦੀ ਕਮਜ਼ੋਰੀ ਸੀ ਉਹਦੀ ਸਕਿਉਰਟੀ ਵਾਪਸ ਲੈ ਲਈ ਸੀ, ਜਿੱਥੇ ਸਰਦਾਰ ਬੇਅੰਤ ਸਿੰਘ ਦੀ ਚਲੀ ਗਈ ਉੱਥੇ ਮੇਰੀ ਚਲੀ ਜਾਊ, ਇਸ ਦੇਸ਼ ਲਈ, ਇਸ ਪੰਜਾਬ ਲਈ, ਲੁਧਿਆਣੇ ਲਈ, ਫਿਰ ਕੀ ਫਰਕ ਪੈਂਦਾ ਹੈ? ਇਸ ਕਰਕੇ ਮੈਨੂੰ ਕੋਈ ਪਰਵਾਹ ਨਹੀਂ। ਵਿਰੋਧੀ ਕਹਿ ਰਹੇ ਨੇ ਡਰਾਮਾ ਕਰ ਰਹੇ ਨੇ ਰੋਨੀ ਬਿੱਟੂ ਚੁਣਾਵੀ ਸਟੰਟ ਤੇ, ਕਿਵੇਂ? ਮੈਨੂੰ ਸਮਝਾਓ ਤੁਸੀਂ, ਵਿਰੋਧੀ ਕਹਿ ਰਹੇ ਨੇ ਕਿਵੇਂ? ਮੈਨੂੰ ਦੱਸੋ ਤਾਂ ਸਹੀ ਨਾ, ਮੈਨੂੰ ਕੋਈ ਕੁਐਸਚਨ ਕਰੋ ਵੀ ਹਾਂ ਤੁਹਾਡੀ ਸਰਕਾਰ, ਤੁਸੀਂ ਮੈਨੂੰ ਕੋਠੀ ਤੋਂ ਬਾਹਰ ਕੱਢਤਾ, ਤਾਲੇ ਲਾਤੇ, ਤੁਸੀਂ ਮੈਨੂੰ 2 ਕਰੋੜ ਪਾਤਾ,
ਮੈਂ ਕੀ ਕਰਾਂ ਇਹਦੇ ਵਿੱਚ, ਮੈਨੂੰ ਦੱਸੋ ਕੀ ਮੈਂ ਕਰਾਂ, ਮੇਰੇ ਤੋਂ ਕੀ ਚਾਹੁੰਦੇ ਆ ਵੀ ਮੈਂ ਉਹ 'ਚ ਜ਼ਬਰਦਸਤੀ ਰਹਿ ਕਰ ਉਹਦੇ ਮੂਹਰੇ ਘਰ ਦੇ ਕਬਜ਼ਾ ਕਰਾਂ, ਕੀ ਚਾਹੁੰਦੇ ਹੋ ਮੈਨੂੰ ਦੱਸੋ, ਕਿੱਥੋਂ ਤਾਂ ਸਹੀ ਵੀ ਡਰਾਮਾ ਮੈਂ ਕਿਵੇਂ ਕਰ ਰਿਹਾ ਕੋਈ ਯਾਰ, ਹੱਦ ਹੀ ਹੁੰਦੀ ਆ ਯਾਰ, ਬੰਦੇ ਦੀ ਜਾਨ ਚਲੀ ਜਾਵੇ ਤੁਸੀਂ ਕਹਿੰਦੇ ਹੋ ਵੀ ਭਾਈ ਸਾਨੂੰ ਸਵਾਦ ਨਹੀਂ ਆਇਆ।